ਬਰਨਾਲਾ ਜ਼ਿਲ੍ਹੇ 'ਚ ਧਰਤੀ ਹੇਠਲੇ ਪਾਣੀ ਦੇ ਪੱਧਰ ਜੈਵਿਕ ਵਿਭਿੰਨਤਾ ਤੇ ਸੂਬੇ 'ਚ ਹਰਿਆਲੀ ਨੂੰ ਵਧਾਉਣ ਦੇ ਲਈ ਉਪਰਾਲੇ ਹੋ ਰਹੇ ਨੇ। ਇਸ ਲੜੀ 'ਚ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਜ਼ਿਲ੍ਹੇ ਦੇ ਪਿੰਡ ਬੱਡਬਰ ਦੇ ਬੀੜ ਖੇਤਰ ਦੇ ਵਿੱਚ ਪੰਜਾਬ ਦਾ ਪਹਿਲਾ ਮਨੁੱਖ ਨਿਰਮਿਤ ਜਲ ਭੰਡਾਰ ਤਿਆਰ ਕੀਤਾ ਜਾ ਰਿਹਾ ਹੈ। 3.5 ਏਕੜ ਦੇ ਵਿੱਚ 60.28 ਲੱਖ ਰੁਪਏ ਦੀ ਲਾਗਤ ਦੇ ਨਾਲ ਸੂਬੇ ਦਾ ਪਹਿਲਾ ਮਨੁੱਖ ਨਿਰਮਿਤ ਜਲ ਭੰਡਾਰ ਤਿਆਰ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਪੇਂਡੂ ਵਿਕਾਸ ਵਿਭਾਗ ਤੇ ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਮਨਰੇਗਾ ਮਜ਼ਦੂਰਾਂ ਦੇ ਵੱਲੋਂ 3 ਏਕੜ ਦੇ ਵਿੱਚ ਇੱਕ ਛੱਪੜ ਬਣਾਇਆ ਜਾ ਰਿਹਾ ਹੈ, ਜੋ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਤੇ ਹੀ ਹੈ। ਬੀੜ ਦਾ ਕੁੱਲ ਰਕਬਾ 350 ਏਕੜ ਤੋਂ ਵੱਧ ਹੈ। ਇਸ ਜਲ ਭੰਡਾਰ ਨੂੰ ਨੇੜਲੇ ਰਜਬਾਹ ਤੋਂ ਪਾਣੀ ਦੀ ਸਪਲਾਈ ਮਿਲੇਗੀ। ਇਸ ਤੋਂ ਬਾਅਦ ਜਲ ਭੰਡਾਰ ਦੇ ਆਲੇ ਦੁਆਲੇ ਘਾਹ ਤੇ ਪੌਦੇ ਲਗਾਏ ਜਾਣਗੇ ਅਤੇ ਇਸ ਨੂੰ ਸੈਰ ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਉੱਥੇ ਪਸ਼ੂ ਪੰਛੀਆਂ ਦੀਆਂ ਕਿਸਮਾਂ ਵੀ ਇੱਥੇ ਹੋਰ ਜ਼ਿਆਦਾ ਆਉਣਗੀਆਂ। ਜੰਗਲਾਤ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇਸ ਉਪਰਾਲੇ ਦੇ ਲਈ ਬਰਨਾਲਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਹੈ। ਉਹਨੂੰ ਡਿਵੈਲਪ ਕਰਨ ਦੇ ਲਈ ਪੰਜਾਬ ਦੇ ਅੰਦਰ ਇਹ ਸਾਲ 1.25 ਕਰੋੜ ਬੂਟੇ ਪੰਜਾਬ ਦੀ ਸਰਜਮੀ ਚ ਲਾਉਣ ਦਾ ਜਿਹੜਾ ਟਾਰਗੇਟ ਮਿੱਥਿਆ ਸੀਗਾ, ਜਿਹੜਾ ਆਲਮੋਸਟ ਪੂਰਾ ਕਰ ਲਿਆ। ਇਸ ਤੋਂ ਇਲਾਵਾ ਅਸੀਂ ਪੰਜਾਬ ਦੇ ਅੰਦਰ ਕਿਸਾਨ ਜਿਹਨਾਂ ਦੀਆਂ ਮੋਟਰਾਂ ਨੇ, ਅਸੀਂ ਉਹਨਾਂ ਨੂੰ ਵੀ ਮਤਲਬ 5-5 ਬੂਟੇ ਜਾਂ 3-3 ਬੂਟੇ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਆਪਣੇ ਬੰਬੀਆਂ ਤੇ ਲਾਉਣ, ਤਾਂ ਜੋ ਪੰਜਾਬ ਨੂੰ ਆਉਣ ਵਾਲੇ ਸਮੇਂ ਚ ਕਰੋਨਾ ਦਾ ਪੀਰੀਅਡ ਅਸੀਂ ਦੇਖਿਆ ਸਭ ਨੇ ਕਿੰਨਾ ਆਕਸੀਜਨ ਤੋਂ ਬਿਨਾਂ ਲੋਕ ਤੜਫਦੇ ਇਸ ਸੰਸਾਰ ਤੋਂ ਚਲੇ ਗਏ ਆ। ਸੋ ਆਉਣ ਵਾਲੇ ਸਮੇਂ ਚ ਪ੍ਰਦੂਸ਼ਣ ਤੋਂ ਮੁਕਤ ਪੰਜਾਬ ਹੋਵੇ, ਪੰਜਾਬ ਹਰਿਆ ਭਰਿਆ ਹੋਵੇ, ਇਹਦੇ ਲਈ ਫੋਰੈਸਟ ਡਿਪਾਰਟਮੈਂਟ ਵੱਲੋਂ ਬੜੀ ਗੰਭੀਰਤਾ ਦੇ ਨਾਲ ਯਤਨ ਕੀਤੇ ਜਾ ਰਿਹਾ। ਸੋ ਇਹ ਵੀ ਇੱਕ ਬੜੀ ਵੱਡੀ ਬੀੜ ਹੈਗੀ ਵੜਵਰ ਬੀੜ। ਅਦਰਵਾਈਜ਼ ਵੀ ਕੋਈ ਹੋਰ ਇਸ਼ੂ ਹੋਵੇ ਤਾਂ ਅਸੀਂ ਉਹਦਾ ਪ੍ਰਬੰਧ ਉੱਥੇ ਕਰਾਂਗੇ। ਮੈਂ ਅੱਜ ਕਿਉਂਕਿ ਮੇਰੇ ਨੋਟਿਸ ਆਇਆ, ਅਦਰਵਾਈਜ਼ ਜਿੱਦਾਂ ਉੱਥੇ ਜੋ ਵੀ ਉੱਥੇ ਚੱਲ ਰਿਹਾ ਉਹ ਪੰਜਾਬ ਸਰਕਾਰ ਦੀ ਅਗਵਾਈ 'ਚ ਚੱਲ ਰਿਹਾ। ਸੋ ਅਦਰਵਾਈਜ਼ ਕੋਈ ਹੋਰ ਵੀ ਉਹਨੂੰ ਕਿਸੇ ਪੱਖ ਤੋਂ ਡਿਵੈਲਪ ਕਰਨ ਦਾ ਜੇ ਹੋਏਗਾ, ਮੈਡਮ ਡੀ ਸੀ ਬੈਠੇ ਨੇ, ਸੋ ਫੋਰੈਸਟ ਦੇ ਅਧਿਕਾਰੀਆਂ ਤੋਂ ਵੀ ਫੀਡਬੈਕ ਲੈ ਲਾਂਗੇ, ਅਸੀਂ ਉਹਨੂੰ ਕਰਾਂਗੇ। ਸਾਡਾ ਟਾਰਗੇਟ ਹੈ ਕਿ ਪੰਜਾਬ ਨੂੰ ਗ੍ਰੀਨਰੀ ਦੇ ਪੱਖ ਤੋਂ ਇੱਕ ਵਾਰ ਬੁਲੰਦੀ 'ਤੇ ਲਿਆਂਦਾ ਜਾਵੇ।